ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ 'ਤੇ, ਮੈਂ ਹਾਂ ਨਾਇਬ ਸਿੰਘ ਸਿੱਧੂ। ਜਿੱਥੇ ਕਿ ਪਿਛਲੇ ਦਿਨੀ ਕਾਫੀ ਜਿਹੜਾ ਮਸਲਾ ਉੱਠਿਆ ਸੀਗਾ ਕਿ ਤਕਰੀਬਨ 200 ਤੋਂ ਵੱਧ ਪਟਵਾਰੀ ਆ ਜਿਹੜੇ ਉਹ ਚਾਰਜਸ਼ੀਟ ਕਰ ਦਿੱਤੇ ਗਏ ਸਨ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਵੀ ਸਵਾਲ ਉਠਾਏ ਗਏ ਸਨ ਕਿ ਪਟਵਾਰੀਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਪਾਣੀ ਜਿਹੜਾ ਸਰਪਲਸ ਦਿਖਾਇਆ ਜਾਵੇ, 100% ਦਿਖਾਇਆ ਜਾਵੇ, ਜੇ ਇਰੀਗੇਸ਼ਨ ਹੋ ਰਹੀ ਹੈ, ਜਿਹੜਾ ਸਿੰਚਾਈ ਪਾਣੀ ਹੈਗਾ ਖੇਤੀ ਨੂੰ ਲੱਗਦਾ ਹੈਗਾ ਵੀ ਉਹ 100% ਦਿਖਾਇਆ ਜਾਵੇ। ਪਰ ਉਹਨਾਂ ਨੇ ਦੱਸਿਆ ਕਿ ਸਿਰਫ 20-21% ਜਿਹੜਾ ਪਾਣੀ ਹੈ ਉਹ ਖੇਤੀ ਨੂੰ ਲੱਗਦਾ ਹੈਗਾ ਅਤੇ ਬਾਕੀ ਜਿਹੜੀ ਟਿਊਬਵੈੱਲਾਂ ਨਾਲ ਖੇਤੀ ਕੀਤੀ ਜਾਂਦੀ ਹੈ। ਪਰ ਇਸ ਦੇ ਰੋਸ ਵਿੱਚ ਜਿਹੜੇ ਪਟਵਾਰੀ ਹੈਗੇ ਸਾਡੇ ਨਾਲ ਜੁੜੇ ਹੈਗੇ, ਪਟਵਾਰੀ ਯੂਨੀਅਨ ਦੇ ਆਗੂ ਸਾਡੇ ਨਾਲ ਜੁੜੇ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਵੀਰ ਜੀ ਕੀ ਨਾਮ ਹੈ ਸਰ? ਮੇਰਾ ਨਾਮ ਜਸਕਰਨ ਸਿੰਘ ਗੈਰੀ ਪੁੱਤਰ, ਸੂਬਾ ਪ੍ਰਧਾਨ ਨਹਿਰੀ ਪਟਵਾਰੀ ਯੂਨੀਅਨ ਜੀ। ਕੀ ਮਸਲਾ ਹੋਇਆ ਸੀਗਾ ਪਿਛਲੇ ਦਿਨੀ? ਕਾਫੀ ਅਫਵਾਹ ਉੱਠੀ ਸੀਗੀ ਵੀ 200 ਤੋਂ ਵੱਧ ਜਿਹੜੇ ਪਟਵਾਰੀ ਆ ਉਹ ਚਾਰਜਸ਼ੀਟ ਕਰ ਦਿੱਤੇ ਗਏ, ਕੀ ਕਾਰਨ ਸੀਗਾ? ਸਰ ਇਹ ਕਾਰਨ ਸੀਗਾ ਕਿ ਵਾਟਰ ਸੋਰਸ ਡਿਪਾਰਟਮੈਂਟ, ਜਲ ਸਰੋਤ ਵਿਭਾਗ ਪੰਜਾਬ ਦੇ ਕ੍ਰਿਸ਼ਨ ਕੁਮਾਰ IAS ਜੋ ਪ੍ਰਮੁੱਖ ਸਕੱਤਰ ਆ ਜਲ ਸਰੋਤ ਵਿਭਾਗ ਦੇ, ਉਹਨਾਂ ਵੱਲੋਂ ਪਟਵਾਰੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਜਿਹੜਾ ਤੁਸੀਂ 20-21% ਪਾਣੀ ਨੂੰ 100% ਦਿਖਾ ਕੇ ਤੁਸੀਂ ਜਿਹੜਾ ਦਿਖਾਓਗੇ ਪਾਣੀ ਸਰਪਲਸ ਆ ਪੰਜਾਬ ਦੇ ਵਿੱਚ, ਇਹ ਮਸਾਈ। ਇਸ ਕਰਕੇ ਸਾਡੇ 200 ਪਟਵਾਰੀ ਚਾਰਜਸ਼ੀਟ ਕੀਤੇ ਗਏ ਸੀ। ਔਰ ਮੈਨੂੰ ਲੀਡਰ ਹੋਣ ਦੇ ਨਾਤੇ ਇਹਨਾਂ ਦਾ ਜੇਕਰ ਮੈਂ ਇਹਨਾਂ ਦੀ ਆਵਾਜ਼ ਚੁੱਕੀ ਤਾਂ ਮੈਨੂੰ ਜਿਹੜਾ ਬਠਿੰਡੇ ਤੋਂ ਇਹਨਾਂ ਨੇ ਸਸਪੈਂਡ ਕਰਕੇ ਪਠਾਨਕੋਟ ਦਾ ਮੇਰਾ ਹੈੱਡਕੁਆਟਰ ਬਣਾਤਾ ਜੀ। ਨਹੀਂ, ਫਿਰ ਪਟਵਾਰੀਆਂ ਨੂੰ ਸਸਪੈਂਡ ਕਿਉਂ ਕੀਤਾ ਗਿਆ, ਕੀ ਕਾਰਨ ਕੀ ਹੋਇਆ? ਸਰ ਸਸਪੈਂਡ ਇਸੇ ਕਰਕੇ ਕੀਤਾ ਗਿਆ ਕਿਉਂਕਿ ਅਸੀਂ ਗਲਤ ਰਿਪੋਰਟ ਦੇਣ ਤੋਂ ਨਾ ਕਰਤੀ। ਅਸੀਂ ਦੇਖੋ ਜੀ, ਪੰਜਾਬ ਦੇ ਪੁੱਤਾਂ, ਅਸੀਂ ਪੰਜਾਬ ਦੇ ਜੰਮਪਲ ਹਾਂ, ਅਸੀਂ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਧਰਤੀ ਨਾਲ ਜਿਹੜਾ ਅਸੀਂ ਧੋਖਾ ਨਹੀਂ ਕਰ ਸਕਦੇ। ਜੋ ਰਿਪੋਰਟ ਆ, ਜੈਨੂਅਨ ਰਿਪੋਰਟ ਆ, ਅਸੀਂ ਉਹੀ ਰਿਪੋਰਟ ਦੇਵਾਂਗੇ। ਜੇ 20-21% ਪਾਣੀ ਲੱਗਦਾ ਤਾਂ ਅਸੀਂ 20-21% ਦੱਸਾਂਗੇ, ਅਸੀਂ 20-21% ਤੋਂ 100% ਨਹੀਂ ਦੱਸ ਸਕਦੇ। ਹੁਣ ਜਿਵੇਂ ਇੱਕ ਪਾਸੇ ਤਾਂ ਕਹੀ ਜਾਂਦਾ ਇਹ ਵੀ ਜਿਹੜੇ ਕਈ ਏਰੀਏ ਹੈਗੇ ਉਹ ਡਾਰਕ ਡਿਕਲੇਅਰ ਕਰਤੇ, ਡਾਰਕ ਜ਼ੋਨ ਡਿਕਲੇਅਰ ਕਰਿਆ, ਅਤੇ ਇੱਕ ਪਾਸੇ ਕਹਿੰਦੇ 100% ਵੀ ਸਰਪਲਸ ਹੈ ਪਾਣੀ ਹੈ ਜੀ। ਪਾਣੀ ਸਰ ਅਸੀਂ ਕਹਿੰਦੇ ਵੀ ਗਰਾਊਂਡ 'ਤੇ ਦੇਖੋ ਜੀ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪ ਚੈੱਕ ਕਰਾਓ ਜੀ ਗਰਾਊਂਡ ਪੱਧਰ 'ਤੇ ਕੀ ਖਾਲਿਆਂ ਦਾ ਕੀ ਹਾਲ ਆ, ਰਜਵਾਹਿਆਂ ਦਾ ਕੀ ਹਾਲ ਆ, ਨਹਿਰਾਂ ਦਾ ਕੀ ਹਾਲ ਆ। ਜਿਹੜਾ 3.05 ਫੈਕਟਰ ਆ, ਬੋਤਲ ਇੱਕ ਆ, ਜੇ ਕਹਿ ਦੇਈਏ ਵੀ ਆਪਾਂ ਇੱਕ ਬੋਤਲ ਨੂੰ 4 ਗੁਣਾ ਦਿਖਾ ਦੇਈਏ ਤਾਂ 4 ਗੁਣਾ ਨਹੀਂ, ਇੱਕ ਬੋਤਲ ਦਾ ਜਿਹੜਾ ਪਾਣੀ ਉਹ 3.05 ਆ, ਘੱਟੋ ਘੱਟ 6 ਗੁਣਾ ਜਿਹੜਾ ਫੈਕਟਰ ਵਧਾਵੇ ਤਾਂ ਕਿ ਪੰਜਾਬ ਦੇ ਖੇਤਾਂ ਨੂੰ ਪਾਣੀ ਲੱਗ ਸਕੇ। ਹੁਣ ਜਿਵੇਂ ਆਪਣੇ ਝੋਨਾ ਲੱਗਦਾ ਆਪਣੇ ਏਰੀਏ 'ਚ ਅਤੇ 24 ਘੰਟੇ ਤਾਂ ਮੋਟਰਾਂ ਚੱਲੀ ਜਾਂਦੀਆਂ, ਜੇ ਸਰਪਲਸ ਹੋਵੇ ਤਾਂ ਫਿਰ ਮੋਟਰਾਂ ਕਿਉਂ ਚੱਲਣ? ਸਰ ਜੇਕਰ ਹੁਣ ਜਿਹੜਾ ਸਿਸਟਮ ਸਹੀ ਹੋ ਜੂ ਗਰਾਊਂਡ 'ਤੇ ਤਾਂ ਕਿਸਾਨ ਵੀ ਮੋਟਰਾਂ ਜਿਹੜਾ ਬੰਦ ਕਰਨਗੇ। ਜੇਕਰ ਪੰਜਾਬ ਦਾ ਜੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਹੋਊਗੀ, ਜੇ ਪਾਣੀ ਲਾਉਣ ਦੇ ਉਹ ਇਹ ਢੰਗ ਬਣਨਗੇ ਆਪਣਾ ਗਰਾਊਂਡ 'ਤੇ, ਤਾਂ ਹੀ ਮੋਟਰਾਂ ਬੰਦ ਹੋਣਗੀਆਂ ਨਾ ਜੀ। ਜਦੋਂ ਉਹ ਸਿਸਟਮ ਤਾਂ ਹੈ ਨਹੀਂ, 3.05 ਅੰਗਰੇਜ਼ਾਂ ਵੇਲੇ ਦਾ ਫੈਕਟਰ ਆ ਜੀ, ਉਦੋਂ ਤਾਂ ਸਬਜ਼ੀਆਂ ਵਗੈਰਾ ਦੀ ਕਾਸ਼ਤ ਹੁੰਦੀ ਸੀ ਖੇਤਾਂ ਦੇ ਵਿੱਚ, ਅਤੇ ਹੁਣ ਝੋਨੇ ਦੀ ਫਸਲ ਹੁੰਦੀ ਹੈ। ਹੁਣ ਸਬਜ਼ੀਆਂ ਅਤੇ ਝੋਨੇ 'ਚ ਕਿੰਨਾ ਫਰਕ ਆ ਜੀ, ਫਿਰ ਮਤਲਬ ਕਿਵੇਂ ਪੂਰਾ ਆਊਗਾ ਜੀ ਪਾਣੀ? ਉਸ ਸਮੇਂ ਤਾਂ ਜਿਹੜੀ ਖੇਤੀ ਹੁੰਦੀ ਸੀ ਉਹ ਵੀ ਕੁਛ ਪਰਸੈਂਟ ਹੀ ਹੁੰਦੀ ਸੀ, ਬਾਕੀ ਬੰਜੜੀ ਪਈ ਹੁੰਦੀ ਸੀ। ਹਾਂ, ਪਹਿਲਾਂ ਖੇਤੀ ਵੀ ਘੱਟ ਹੁੰਦੀ ਸੀਗੀ, ਹੁਣ ਤਾਂ ਤਕਰੀਬਨ ਜਿਹੜੇ ਰਕਬੇ ਆ ਵਧੀਆ ਪੱਧਰ ਹੋ ਗਏ, ਪਾਣੀ ਲੱਗਣ ਜੋਗਾ। ਪਰ ਸਰਕਾਰ ਨੂੰ ਚਾਹੇ ਉਪਰਾਲੇ ਕਰਨੇ ਚਾਹੀਦੇ ਨਾ ਜੀ, ਮਤਲਬ ਵੱਧ ਤੋਂ ਵੱਧ ਜਿਹੜਾ ਪਾਣੀ ਦੀ ਜਿਹੜੀ ਵਧਾਉਣੀ ਚਾਹੀਦੀ ਆ, ਮਤਲਬ ਇਹਦੇ 3.05 ਫੈਕਟਰ ਕਰਕੇ ਜਿਹੜੇ ਕੋਈ ਖਾਲਾਂ ਵਗੈਰਾ ਦੀ ਖਸਤਾ ਹਾਲਤ ਆ, ਰਜਵਾਹਿਆਂ ਦੀ ਖਸਤਾ ਹਾਲਤ ਆ, ਉਹਨਾਂ ਦੀ ਸੁਧਾਰ ਕਰਕੇ ਪਾਣੀ ਆਟੋਮੈਟਿਕ ਲੱਗੂਗਾ ਜੀ। ਫਿਰ ਇਹਨਾਂ ਦੀ ਮਨਸ਼ਾ ਕੀ ਲੱਗਦੀ ਹੈ ਵੀ ਜਿਹੜੇ 100% ਜਾਂ ਸਰਪਲਸ ਦਿਖਾ ਕੇ? ਸਰ ਮਨਸਾ ਜਿਹੜੇ ਪ੍ਰਮੁੱਖ ਸਕੱਤਰ ਆ ਕ੍ਰਿਸ਼ਨ ਕੁਮਾਰ, ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਹਰਿਆਣੇ ਦੇ ਨਾਲ ਸੰਬੰਧਿਤ IAS ਅਫਸਰ ਆ, ਇਹਦੀ ਬਿਲਕੁਲ ਇਹ ਮਨਸਾ ਮੈਂ ਬਿਲਕੁਲ ਕਲੀਅਰ ਕੱਟ ਦੇਣਾ ਚਾਹੁੰਦਾ, ਕਿ ਇਹਦੀ ਮਨਸਾ ਜਿਹੜੀ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਜਿਹੜੀ ਪਾਣੀ ਦੇਣ ਦੀ ਮਨਸਾ, ਪੰਜਾਬ ਦਾ ਜਿਹੜਾ ਪਾਣੀ ਸਰਪਲਸ ਦਿਖਾ ਕੇ, ਮਤਲਬ ਕਿ ਜਿਹੜਾ ਮਾਨਯੋਗ ਅਦਾਲਤ 'ਚ ਕੇਸ ਚੱਲ ਰਿਹਾ ਹੈਗਾ ਵੀ ਉਹਦੇ 'ਚ ਦਿਖਾਉਣਾ ਚਾਹੁੰਦੇ ਵੀ ਪੰਜਾਬ ਹੈ ਜਿਹੜਾ ਸਰਪਲਸ ਹੈ? ਜਦੋਂ ਸਰ ਆਪਾਂ ਕਾਗਜ਼ਾਂ ਨਾਲ
ਢਿੱਡ ਭਰਾਂਗੇ ਤਾਂ ਮਤਲਬ ਆਪਾਂ ਕਾਗਜ਼ਾਂ ਨਾਲ ਹੀ ਸ਼ੋਅ ਕਰ ਰਹੇ ਹਾਂ। ਪ੍ਰਮੁੱਖ ਸਕੱਤਰ ਦਾ ਕੁਛ ਨਹੀਂ ਨਾ ਜਾਣਾ, ਪੰਜਾਬ ਤਾਂ ਪਾਣੀਆਂ ਦਾ ਨਾ ਜੀ, ਪ੍ਰਮੁੱਖ ਸਕੱਤਰ ਦਾ ਅੱਜ ਇਸ ਮਹਿਕਮੇ 'ਚ, ਕੱਲ੍ਹ ਨੂੰ ਕਿਸੇ ਹੋਰ ਮਹਿਕਮੇ ਚਲੇ ਜਾਣਗੇ, ਪਰ ਅਸੀਂ ਨਹੀਂ ਨਾ ਪੰਜਾਬ ਨਾਲ ਧੋਖਾ ਕਰ ਸਕਦੇ, ਅਸੀਂ ਆਪਣੇ ਪੰਜਾਬ ਨੂੰ ਨਹੀਂ ਧੋਖਾ ਦੇਵਾਂਗੇ। ਅਸੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਜਨਾਬ ਕਿ ਤੁਸੀਂ ਇਸ ਦੀ ਜਾਂਚ ਕਰਵਾਓ ਜੀ, ਔਰ ਇੱਥੇ ਕੋਈ ਵਧੀਆ ਕਾਬਲ ਅਫਸਰ ਲਾਓ ਜਿਹੜਾ ਪੰਜਾਬ ਦੇ ਪਾਣੀਆਂ ਦੇ ਬਾਰੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਪਾਣੀ ਵੀ ਲੱਗ ਸਕੇ ਔਰ ਉਹਨਾਂ ਨੂੰ ਵਧੀਆ ਸਹੂਲਤਾਂ ਦੇ ਸਕੇ। ਜਿਵੇਂ ਸਾਰੀਆਂ ਸਿਆਸੀ ਪਾਰਟੀਆਂ ਸੀਗੀਆਂ ਜਿਹੜੀਆਂ ਪੰਜਾਬ ਦੇ ਲਈ ਆ, ਉਹ ਕਹਿ ਰਹੀਆਂ ਸੀਗੀਆਂ ਵੀ ਇਹ ਜਿਹੜਾ ਪਾਣੀ ਹੈ ਦਹਾਕਿਆਂ ਤੋਂ ਹੀ ਇਹ ਜਦੋਂ ਜਦ ਕਰ ਰਹੀਆਂ ਵੀ ਪੰਜਾਬ ਕੋਲ ਪਹਿਲੇ ਹੀ ਪਾਣੀ ਪੂਰਾ ਹੈ ਨਹੀਂ ਜਿਹੜਾ ਕਿ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਜਾਂ ਦਿੱਲੀ ਨੂੰ ਦਿੱਤਾ ਜਾ ਰਿਹਾ। ਸਰ ਇਹੀ ਮਨਸਾ ਦੇਖੋ ਪਾਰਟੀਆਂ ਨੇ ਵੀ ਰੱਖੀ ਹੋਣੀ ਹੈ ਗੱਲ, ਅਸੀਂ ਕਿਸਾਨਾਂ ਜਥੇਬੰਦੀਆਂ ਨੂੰ ਬੇਨਤੀ ਕਰੀ ਸੀ, ਅਸੀਂ ਤਾਂ ਸਿਰਫ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਗਰਾਊਂਡ 'ਤੇ ਸਿਸਟਮ ਸਹੀ ਕਰੋ, ਜਿਹੜਾ ਪੰਜਾਬ ਦੇ ਰਜਵਾਹ ਆ ਨਹਿਰਾਂ ਦਾ ਸਿਸਟਮ ਸੈੱਟ ਕਰ ਦਿਓ, ਜਿਹੜਾ ਕੋਈ ਖਸਤਾ ਹਾਲਤ ਆ ਉਹਨਾਂ ਦੀ ਸੈੱਟ ਕਰ ਦਿਓ ਤਾਂ ਕਿ ਜਿਹੜਾ ਪੰਜਾਬ ਦਾ ਜਿਹੜਾ ਪਾਣੀ ਸਰਪਲਸ ਦਿਖਾ ਕੇ ਅੱਗੇ ਬਾਹਰਲੇ ਨਾ ਦਿੱਤਾ ਜਾਵੇ। ਹੁਣ ਜੇ ਆਪਾਂ ਤੁਹਾਡੇ ਦੀ ਗੱਲ ਲਾ ਲਈਏ, ਤੁਹਾਨੂੰ ਸਸਪੈਂਡ ਕਰਕੇ ਪਠਾਨਕੋਟ ਲਾਇਆ ਗਿਆ ਹੈਗਾ ਅਤੇ ਹੁਣ ਚੋਣਾਂ ਦਾ ਇੱਕ ਦੌਰ ਚੱਲ ਰਿਹਾ ਹੈਗਾ, ਕੋਰਟ ਲੱਗਿਆ ਹੋਇਆ, ਅਤੇ ਫਿਰ ਚੋਣ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ? ਸਰ ਮੈਂ ਪਹਿਲਾਂ ਵੀ ਬੇਨਤੀ ਕਰੀ ਸੀ ਕਿ ਮੈਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿਹੜਾ ਪ੍ਰਮੁੱਖ ਸਕੱਤਰ ਆ ਕ੍ਰਿਸ਼ਨ ਕੁਮਾਰ, ਇਸ ਕੋਲੋਂ ਬਿਲਕੁਲ ਧੱਕਾ ਕੀਤਾ ਜਾ ਰਿਹਾ, ਬਿਲਕੁਲ ਹੀ ਨਹੀਂ ਬਣਦਾ ਕੋਡ ਆਫ ਕੰਡਕਟ ਦੇ ਵਿੱਚ। ਮੈਂ ਤਾਂ ਬਤੌਰ BLO ਵੀ ਕੰਮ ਕਰ ਰਿਹਾ ਬਠਿੰਡਾ ਨਵੀਂ ਬਸਤੀ ਵਿਖੇ, ਅਤੇ ਇੱਕ BLO ਨੂੰ ਸਸਪੈਂਡ ਕਰਕੇ ਪਠਾਨਕੋਟ ਲਾਉਣਾ, ਅਤੇ ਇਹਦੇ ਨਾਲ ਕੀ ਚੋਣ ਦਾ ਕੰਮ ਪ੍ਰਭਾਵਿਤ ਨਹੀਂ ਹੋ ਰਿਹਾ? ਮਾਣਯੋਗ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆ ਉਹ ਮਤਲਬ ਉਹਨਾਂ ਦਾ ਧਿਆਨ ਬਿਲਕੁਲ ਨਹੀਂ ਇਸ ਵੱਲ ਕਰ ਰਹੇ। ਇੱਕ ਪਾਸੇ ਕਹਿ ਰਹੇ ਵੀ ਜਿਹੜਾ ਮੁੱਖ ਚੋਣ ਕਮਿਸ਼ਨ ਆ ਬਿਲਕੁਲ ਆਪਣੇ ਲੋਕਤੰਤਰ ਦਾ ਘਾਣ ਨਹੀਂ ਹੋਣ ਦਿੰਦਾ, ਔਰ ਮੇਰੇ ਨਾਲ ਤੁਹਾਡੇ ਸਾਹਮਣੇ ਮੈਂ ਇੱਕ ਉਦਾਹਰਨ ਆ, ਮੈਂ BLO ਸੀ, ਮੇਰਾ ਤਾਂ ਕੋਈ ਐਕਸ਼ਨ ਨਹੀਂ ਲਿਆ ਚੋਣ ਕਮਿਸ਼ਨ ਨੇ, ਬਿਲਕੁਲ ਇਹ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਜੀ। ਅਸੀਂ ਮੰਗ ਕਰਦੇ ਹਾਂ ਕਿਹੜੇ ISI ਕ੍ਰਿਸ਼ਨ ਕੁਮਾਰ ਪ੍ਰਮੁੱਖ ਸਕੱਤਰ ਨੂੰ ਸਸਪੈਂਡ ਕਰਕੇ ਲਗਾਉਣਾ ਚਾਹੀਦਾ, ਕਿਉਂਕਿ ਮਤਲਬ ਉਹਨੇ ਲੋਕਤੰਤਰ ਦਾ ਵੀ ਘਾਣ ਕੀਤਾ ਜੀ, ਬਿਲਕੁਲ ਇਹ ਗੁੰਡਾ ਕਰਦੀ ਹੈ ਜੀ। ਜਿਵੇਂ ਮੁੱਖ ਮੰਤਰੀ ਹੈ ਜਾਂ ਤੁਹਾਡੇ ਮੰਤਰੀ ਜੀ ਸੀਗੇ, ਕਿ ਉਹਨਾਂ ਦੇ ਧਿਆਨ 'ਚ ਇਹ ਗੱਲ ਆਈ ਹੈ ਕਿ ਉਹਨਾਂ ਨੇ ਕੋਈ ਐਕਸ਼ਨ ਲਿਆ? ਦੇਖੋ ਜੀ, ਅਸੀਂ ਆਪਣੇ ਮੰਤਰੀ ਸਾਹਿਬ ਆ ਜਲ ਸਰੋਤ ਵਿਭਾਗ ਦੇ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ, ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦੀ ਹੈ ਗੱਲ, ਅਤੇ ਬਾਕੀ ਮੁੱਖ ਮੰਤਰੀ ਸਾਹਿਬ ਨੂੰ ਕਾਫੀ ਵਾਰ ਬੇਨਤੀ ਕਰੀ, ਅਸੀਂ ਇੱਕ ਲੈਟਰ ਵੀ ਲਿਖੇ ਔਰ ਉਹਨਾਂ ਦੇ OSD ਰਾਹੀਂ, ਉਹਨਾਂ ਦੇ PA ਸਾਹਿਬਾਨ ਰਾਹੀਂ ਅਸੀਂ ਬੇਨਤੀ ਕੀਤੀ ਸੀ ਕਿ ਅਸੀਂ 1100-1200 ਪਟਵਾਰੀ ਬਹੁਤ ਦੁਖੀ ਹਾਂ ਜੀ, ਅਸੀਂ ਤੁਹਾਡੇ ਮੁਲਾਜ਼ਮ ਹਾਂ, ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ। ਔਰ ਇਹਦੀ ਮੈਂ ਹੋਰ ਤੁਹਾਨੂੰ ਦਿਖਾ ਦੇਣਾ ਉਦਾਹਰਨ, ਆਹ ਸਾਡੀ ਇੱਕ ਮੀਟਿੰਗ ਹੋਈ ਸੀਗੀ ਲੁਧਿਆਣੇ ਪਿਛਲੇ ਦਿਨੀ 12 ਤਰੀਕ ਨੂੰ, ਆਹ ਸਾਡੇ 800-900 ਪਟਵਾਰੀ ਦੇ ਸਾਈਨ ਕਰਕੇ ਦਿੱਤੇ ਹੋਏ ਜੀ, ਦੇਖੋ 800-900 ਬੰਦਾ ਥੋੜ੍ਹੀ ਗਲਤ ਝੂਠ ਬੋਲ ਰਿਹਾ, ਉਹਨਾਂ ਦੇ ਸਾਈਨ ਕਰਕੇ ਦਿੱਤੇ ਹੋਏ ਸਾਨੂੰ, ਅਤੇ ਅਸੀਂ ਮੁੱਖ ਮੰਤਰੀ ਸਾਨੂੰ ਬੇਨਤੀ ਕੀਤੀ ਸੀ ਕਿ ਸਾਡੀ ਜਿਹੜੀ ਸਮੱਸਿਆ ਟੇਬਲ ਟੋਕ ਰਾਹੀਂ ਜਿਹੜੀ ਸਮੱਸਿਆ ਹੱਲ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜਾ ਆਪਣਾ ਕੰਮ ਹੋਰ ਵੀ ਸੁਚੱਜੇ ਢੰਗ ਨਾਲ ਚੱਲ ਸਕੇ, ਪਰ ਮੁੱਖ ਮੰਤਰੀ ਸਾਹਿਬ ਨੂੰ ਕੋਈ ਇਸ ਗੱਲ ਦਾ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਜੀ। ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ ਤੁਹਾਨੂੰ? ਨਹੀਂ, ਫਿਲਹਾਲ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਸਮਾਂ ਨਹੀਂ ਦਿੱਤਾ ਗਿਆ, ਅਸੀਂ ਫਿਰ ਮਾਣਯੋਗ ਮੁੱਖ ਮੰਤਰੀ ਸਾਨੂੰ ਬੇਨਤੀ ਕਰਦੇ ਹਾਂ ਕਿ ਟੇਬਲ ਟੋਕ ਰਾਹੀਂ ਗੱਲ ਨਿਬੜਨੀ ਹੈ ਜੀ, ਤੁਸੀਂ ਸਾਨੂੰ ਸਮਾਂ ਦਿਓ, ਅਸੀਂ ਤੁਹਾਡੇ ਮੁਲਾਜ਼ਮ ਹਾਂ, ਅਸੀਂ ਸਾਡਾ ਜਿਹੜਾ ਬੈਠ ਕੇ ਮਸਲਾ ਹੱਲ ਕਰੋ। ਜਿਵੇਂ ਤੁਹਾਡੇ ਨਾਲ ਇੰਨਾ ਧੱਕਾਸ਼ਾਹੀ ਹੋ ਰਹੀ ਹੈ, ਜ਼ਬਰਦਸਤੀ ਕੀਤੀ ਜਾ ਰਹੀ ਹੈ ਵੀ 100% ਦਿਖਾਓ, ਅਤੇ ਫਿਰ ਕੋਈ ਜਿਵੇਂ 2024 ਦੀਆਂ ਚੋਣਾਂ ਆ ਰਹੀਆਂ, ਇੱਥੇ ਵੀ ਕੋਈ ਐਕਸ਼ਨ ਹੋਊਗਾ, ਅਗਲਾ ਕੀ ਪਲਾਨ ਹੈ ਤੁਹਾਡਾ? ਦੇਖੋ ਸਰ, ਇਹ ਤਾਂ ਹੁਣ ਸੁਭਾਵ ਕੀ ਹੈ ਜੀ, ਮਤਲਬ ਪਰ ਸਾਡਾ ਮਸਲਾ ਪੋਲੀਟੀਕਲ ਮਸਲਾ ਨਹੀਂ, ਸਾਡਾ ਤਾਂ ਪੰਜਾਬ ਦੇ ਪਾਣੀਆਂ ਨੂੰ ਹੈ ਵੀ ਅਸੀਂ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਨਹੀਂ ਹੋਣ ਦੇ ਰਹੇ ਜੀ। ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈਗਾ, ਅਤੇ ਫਿਰ ਪਟਵਾਰੀਆਂ ਦਾ ਵੀ ਉੱਥੇ ਨੁਕਸਾਨ ਹੋਇਆਗਾ, ਸਸਪੈਂਡ ਕੀਤੇ, ਚਾਰਜਸ਼ੀਟ ਕੀਤੇ ਗਏ, ਅਤੇ ਫਿਰ ਤਾਂ ਟੱਕਰ ਲੱਗਦੀ ਹੈਗੀ ਵੀ ਸਰਕਾਰ ਨਾਲ ਜਾਂ ਸਕੱਤਰ ਨਾਲ। ਦੇਖੋ ਸਰ, ਅਸੀਂ ਆਪਣੀ ਗੱਲ ਰੱਖਤੀ, ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਤੀ ਹੈ ਪਹਿਲਾਂ, ਔਰ ਅਸੀਂ ਮਾਣਯੋਗ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਂਦੀ ਹੈ। ਹੁਣ ਮਤਲਬ ਜੇ ਤਾਂ ਮੁੱਦਾ ਹੀ ਬਹੁਤ ਸੰਵੇਦਨਸ਼ੀਲ ਹੈ ਜੀ, ਇਹ ਹੁਣ ਵੈਸੇ ਇਹਦੇ 'ਤੇ ਹੋਣੀ ਚਾਹੀਦੀ ਹੈ ਕਾਰਵਾਈ, ਮਤਲਬ ਵੀ ਇਹਦਾ ਸਿਸਟਮ ਸੈੱਟ ਕਰਨਾ ਚਾਹੀਦਾ ਤਾਂ ਕਿ ਸਰਕਾਰ ਨੂੰ ਵੀ ਮਤਲਬ ਇਹਦਾ ਕੋਈ ਨੁਕਸਾਨ ਨਾ ਹੋਵੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਨਾਮ ਹੈ? ਬਲਕਾਰ ਸਿੰਘ ਜੀ, 1971।
ਨਹਿਰੀ ਪਰਿਵਾਰ ਯੂਨੀਅਨ ਪੰਜਾਬ। ਕੀ ਕਾਰਨ ਸੀਗਾ ਅੱਜ ਜਿਹੜੇ ਤੁਹਾਨੂੰ ਪ੍ਰੈਸ ਕਾਰਨ? ਮੁੱਖ ਕਾਰਨ ਤਾਂ ਜੀ ਅਸੀਂ ਜਿਹੜੇ ਫੈਕਟ ਹੈ ਕੁਛ ਕੀ ਰੱਖ ਸਕੇ ਹਾਂ ਅੱਜ, ਪਰ 28 ਦੀ ਮੀਟਿੰਗ ਦੇ ਵਿੱਚ ਅਸੀਂ ਕਾਫੀ ਸਾਰੇ ਫੈਕਟ ਅੱਗੇ ਦੁਬਾਰਾ ਵੀ ਰੱਖਾਂਗੇ। ਮੇਨ ਜਿਵੇਂ ਹੁਣ ਅਸੀਂ ਤੁਹਾਨੂੰ ਦਿਖਾਏ ਆ ਪ੍ਰੈਸ ਕਾਨਫਰੰਸ ਦੇ ਵਿੱਚ, ਇਹਨਾਂ ਨੇ ਅਵਤਾਰ ਸਿੰਘ ਜੀ ਨੇ ਦਿਖਾਏ ਸੀ ਪੱਤਰ ਕਿ ਜਦੋਂ ਵਟਸਐਪ ਦੀ ਸਰਕਾਰ ਵੱਲੋਂ ਮਨਾਹੀ ਹੈ ਅਤੇ ਪ੍ਰਮੁੱਖ ਸਕੱਤਰ ਸਾਹਿਬ ਜਿਹੜੀ ਚਾਰਜ ਸ਼ੀਟ ਬਣਾਉਂਦੇ ਆ ਸਸਪੈਂਡ ਕਰਨ ਤੋਂ ਬਾਅਦ, ਉਹਦੇ 'ਚ ਲਿਖਦੇ ਆ ਕਿ ਵਟਸਐਪ ਦਾ ਕਰਕੇ ਮੈਂ ਜਸਕਰਨ ਸਿੰਘ ਨੂੰ ਜਿਹੜਾ ਸਸਪੈਂਡ ਕੀਤਾ, ਠੀਕ ਹੈ। ਅਤੇ ਜੇ ਸਸਪੈਂਡ, ਇਹਦਾ ਮਤਲਬ ਉਹ ਮੰਨ ਰਿਹਾ ਕਿ ਮੈਂ ਵਟਸਐਪ ਵਰਤ ਰਿਹਾ ਸੀ, ਸਰਕਾਰ ਦੇ ਨਿਯਮਾਂ ਦੇ ਉਲਟ ਵਟਸਐਪ ਦੀ ਵਰਤੋਂ ਕਰ ਰਹੇ ਹੈ, ਅਤੇ ਫਿਰ ਵਟਸਐਪ ਦੀ ਵਰਤੋਂ ਕਿਉਂ ਕਰ ਰਹੇ ਜਦੋਂ ਵਟਸਐਪ ਐਂਡ ਟੂ ਐਂਡ ਇਨਕ੍ਰਿਪਟਡ ਹੈ ਜਿਹਦਾ ਕੋਈ ਰਿਕਾਰਡ ਹੀ ਨਹੀਂ ਹੈ? ਤਾਂ ਗੈਰ ਲਿਖਤੀ ਦਬਾਅ ਪਾਉਣ ਵਾਸਤੇ ਇਹ ਮੈਨੂੰ ਲੱਗਦਾ ਵੀ ਇਹਦਾ ਕੋਈ ਜਵਾਬ ਦੇਣ ਦੀ ਜ਼ਰੂਰਤ ਨਹੀਂ, ਸਭ ਜਾਣਦੇ ਆ ਕਿ ਗੈਰ ਲਿਖਤੀ ਜੇ ਦਬਾਅ ਪਾਉਣਾ ਤਾਂ ਵਟਸਐਪ ਰਾਹੀਂ ਪਾਇਆ ਜਾ ਸਕਦਾ। ਜਿਵੇਂ ਤੁਸੀਂ ਦੱਸਿਆ ਸੀਗਾ ਵੀ 3.05 ਦਾ ਕੋਈ ਮਸਲਾ, ਉਹ ਕਿਸ ਤਰ੍ਹਾਂ ਕੀ ਉਹ 3.05 ਜਿਹੜਾ ਫੈਕਟਰ ਹੈ ਜੀ, ਇਹ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਿਆ ਰਿਹਾ ਕਿ ਪੰਜਾਬ ਦੀ ਪਾਣੀ ਦੀ ਵੰਡ ਹੈ ਕਿ ਪ੍ਰਤੀ ਏਕੜ, ਆਪਾਂ ਜੇ ਮੈਂ ਕਿਸਾਨੀ ਦੀ ਭਾਸ਼ਾ 'ਚ ਦੱਸਾਂ ਵੀ ਇੱਕ ਏਕੜ ਨੂੰ ਕਿੰਨੇ ਲੀਟਰ ਪਾਣੀ ਦੇਣਾ, ਜੇ ਮੈਂ ਸਿੱਧੀ ਪੰਜਾਬੀ 'ਚ ਦੱਸਾਂ, ਉਹ 3.05 ਫੈਕਟਰ ਉਹ ਹੈ। ਪਰ ਉਹ ਫੈਕਟਰ ਬਹੁਤ ਪੁਰਾਣਾ ਹੈ, ਉਸ ਫੈਕਟਰ ਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ। ਉਸ ਵੱਲੀ ਪ੍ਰਮੁੱਖ ਸਕੱਤਰ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ, ਉਹਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਸੀ ਹੁਣ ਵਾਲੀਆਂ ਫਸਲਾਂ ਦੇ ਮੁਤਾਬਕ, ਜਿਵੇਂ ਝੋਨਾ ਹੋ ਗਿਆ ਜਿਹੜੀਆਂ ਫਸਲਾਂ, ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੀਆਂ ਸੀਗੀਆਂ ਫਸਲਾਂ ਉਹਨਾਂ ਨੂੰ ਉਹਨੇ ਪਾਣੀ ਦੀ ਜ਼ਰੂਰਤ ਨਹੀਂ ਸੀ, ਉਹ ਫੈਕਟਰ ਉਸ ਮੁਤਾਬਕ ਹੋ ਗਿਆ। ਇਹ ਕਿਸਾਨ ਚਾਹੁੰਦਾ ਕਿ ਮੈਨੂੰ ਪਾਣੀ ਦਿਓ, ਮੈਂ ਮੋਟਰਾਂ ਬੰਦ ਕਰਨ ਨੂੰ ਤਿਆਰ ਹਾਂ, ਪਰ ਜਿਹੜਾ 3.05 ਫੈਕਟਰ ਨਾਲ ਉਹਦੀ ਫਸਲ ਪੱਕ ਨਹੀਂ ਸਕਦੀ। ਹਾਂ, ਉਹਦੇ ਖੇਤ ਦੇ ਵਿੱਚ ਇੱਕ ਇੱਕ ਵਾਰੀ ਪਾਣੀ ਜ਼ਰੂਰ ਲੱਗ ਸਕਦਾ, ਜਿਹਨੂੰ ਅਸੀਂ ਇਰੀਗੇਟਡ ਬੋਲ ਦਿੰਦੇ ਹਾਂ ਕਿ ਹਾਂ ਸਿੰਚਾਈ ਹੋ ਗਈ, ਇਹ ਨਹਿਰ ਮਹਿਕਮੇ ਦਾ ਜਿਹੜਾ ਨਿਯਮ ਹੈ। ਜੇ ਦੇਖਿਆ ਜਾਵੇ ਤਾਂ ਲਗਾਤਾਰ ਜਿਹੜਾ ਮੋਟਰਾਂ ਚੱਲ ਰਹੀਆਂ, ਫਿਰ ਮੋਟਰਾਂ ਚਲਾਉਣ ਦੀ ਕਿਸਾਨਾਂ ਨੂੰ ਕੀ ਜ਼ਰੂਰਤ ਪਵੇ ਜੇ 100% ਸਿੰਚਾਈ ਹੋਵੇ? ਹਾਂ, ਉਹੀ ਮੈਂ ਤੁਹਾਨੂੰ ਮਤਲਬ ਇਸ ਤੋਂ ਪਹਿਲਾਂ ਕਲੀਅਰ ਕੀਤਾ ਨਾ ਜੀ, ਕਿ ਜੇ ਮੰਨ ਲਓ ਉਹਨਾਂ ਨੂੰ ਪਾਣੀ ਜਿਹੜਾ 3.05 ਫੈਕਟਰ ਦੀ ਬਜਾਏ ਉਸ ਤੋਂ ਜ਼ਿਆਦਾ ਫੈਕਟਰ ਨਾਲ ਮਿਲਦਾ, ਤਾਂ ਉਹਨਾਂ ਨੂੰ ਮੋਟਰਾਂ ਚਲਾਉਣ ਦੀ ਜ਼ਰੂਰਤ ਆਟੋਮੈਟਿਕ ਹੀ ਨਹੀਂ ਰਹਿਣੀ। ਕਿਸਾਨ ਰਾਤ ਨੂੰ ਜਾਂਦਾ, ਜੇ ਉਹਨੂੰ ਪਤਾ ਹੈ ਕਿ ਜੀ ਮੇਰੇ ਕੋਲ ਲੱਗਣੀਆਂ ਤਾਂ ਮੇਰੀਆਂ 2 ਕਨਾਲ ਹੈ ਪਾਣੀ ਦੀਆਂ, ਤਾਂ ਫਿਰ ਉਹ ਜਾਣਾ ਪਸੰਦ ਨਹੀਂ ਕਰਦਾ ਉੱਥੇ। ਜੇ ਉਹਨੂੰ ਲੱਗਦਾ ਕਿ ਹਾਂ ਮੈਂ ਰਾਤ ਨੂੰ ਪਾਣੀ ਲਾਉਣ ਜਾਣਾ ਅਤੇ ਮੇਰੀ ਜਿਹੜੀ ਪਾਣੀ ਦੀ ਜ਼ਰੂਰਤ ਹੈ ਉਹ ਨਹਿਰੀ ਪਾਣੀ ਤੋਂ ਪੂਰੀ ਹੋ ਜਾਣੀ ਹੈ, ਅਤੇ ਮੈਨੂੰ ਕੱਲ੍ਹ ਨੂੰ ਮੋਟਰ ਛੱਡਣ ਦੀ ਜ਼ਰੂਰਤ ਨਹੀਂ ਪੈਣੀ, ਜੇ ਉਹ ਕਿਉਂ ਨਹੀਂ ਵਰਤੂਗਾ ਨਹਿਰੀ ਪਾਣੀ? ਨਹਿਰੀ ਪਾਣੀ ਤਾਂ ਅੰਮ੍ਰਿਤ ਹੈ। ਇੱਕ ਪਾਸੇ ਤਾਂ ਜ਼ੋਰ ਲਾ ਰਹੇ ਵੀ ਪਾਣੀ ਘੱਟ ਵਰਤੋ ਵੀ ਪਾਣੀ ਥੱਲੇ ਜਾ ਰਿਹਾ, ਦੂਜੇ ਪਾਸੇ ਕਹਿੰਦੇ ਸਰਪਲਸ ਹੈ, ਇਹ ਦੋ ਕਿਹੜੇ ਪਾਸੇ? ਇਹ ਸਾਰੀ ਕਨਫਿਊਜ਼ਨ ਪ੍ਰਮੁੱਖ ਸਕੱਤਰ ਸਾਹਿਬ ਦੀ ਕ੍ਰੀਏਟ ਕੀਤੀ ਹੋਈ ਹੈ ਜੀ, ਸਰਕਾਰ ਨੂੰ ਵੀ ਗੁੰਮਰਾਹ ਕੀਤਾ ਹੋਇਆ ਉਹਨਾਂ ਨੇ ਆਪਦੇ ਅੰਕੜਿਆਂ ਰਾਹੀਂ। ਇਹ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਮਹਿਕਮੇ ਉਹਨਾਂ ਨੇ ਗੁੰਮਰਾਹ ਕੀਤੇ ਆ, ਅਤੇ ਹੁਣ ਉਹ ਨਹਿਰ ਮਹਿਕਮੇ ਦੇ ਵਿੱਚ ਆ ਗਏ ਆ ਉਹੀ ਆਪਦੀ ਜਿਹੜੀ ਪੁਰਾਣੀ ਖੇਡ ਖੇਡਣ ਵਾਸਤੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਜੀ ਕਿ ਦੇਖੋ ਬਹੁਤ ਸਾਰੇ ਜਿਹੜੇ ਜਰਨਲਿਸਟ ਉਹ ਕਹਿੰਦੇ ਕਿ ਉਹਨਾਂ ਦਾ ਵਰਕਿੰਗ ਸਟਾਈਲ ਹੈ, ਇਹਨੂੰ ਵਰਕਿੰਗ ਸਟਾਈਲ ਨਹੀਂ ਕਹਿ ਸਕਦੇ, ਇਹਨੂੰ ਹਰਾਸ਼ਮੈਂਟ ਕਰਨਾ ਕਹਿੰਦੇ ਆ, ਮਾਨਸਿਕ ਦਬਾਅ ਪਾਉਣਾ ਕਿਸੇ ਦਾ, ਜਿਹੜਾ ਮਾਨਸਿਕ ਸੰਤੁਲਨ ਵਿਗਾੜ ਦੇਣਾ, ਇਹ ਹਰਾਸ਼ਮੈਂਟ ਹੈ ਜਿਹੜੀ ਉਹ ਕਰ ਰਹੇ ਹੈ ਹੇਠਲੇ ਮੁਲਾਜ਼ਮਾਂ ਨਾਲ, ਇਹਨੂੰ ਕੋਈ ਵਰਕਿੰਗ ਸਟਾਈਲ ਨਹੀਂ ਕਹਿ ਸਕਦਾ। ਫਿਰ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ? ਅਗਲਾ ਐਕਸ਼ਨ ਇਹ ਜਾਰੀ ਰਹੂਗਾ ਜੀ, ਪੰਜਾਬ ਦੇ ਜਿਹੜੇ ਪਾਣੀਆਂ ਲਈ ਇਹ ਜੱਦੋਜਹਿਦ ਹੈ, ਚਾਹੇ ਇਹਨੂੰ ਤੁਸੀਂ ਇਹ ਕਹਿ ਲਓ ਕਿ ਸਾਡੀ ਕੁਛ ਹੱਦ ਤੱਕ ਇਹ ਵੀ ਬਣ ਗਈ ਹੈ ਵੀ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਵੀ ਮਸਲਾ ਹੈ, ਬਟ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਉਹ ਜ਼ਿਆਦਾ ਸੰਵੇਦਨਸ਼ੀਲ ਹੈ, ਸਾਡਾ ਸਰ ਸਕਦਾ ਸੀ। ਸਾਡੇ ਤਾਂ ਜਿਹੜੇ ਨਿਯਮ ਬੋਲਦੇ ਆ ਕਿ ਪਟਵਾਰੀ, ਜੇ ਤੁਸੀਂ ਦੇਖੋਗੇ ਕਿ ਮਹਿਕਮੇ ਦੇ ਵਿੱਚ ਨੀਚੇ ਤੋਂ ਲੈ ਕੇ ਉੱਪਰ ਤੱਕਰ ਅਫਸਰ ਤਨਖਾਹ ਲੈ ਰਹੇ ਆ, ਅਤੇ ਅਟੈਚ ਇਕੱਲੀ ਪਟਵਾਰੀ ਦੀ ਤਨਖਾਹ ਕੀਤੀ ਜਾ ਰਹੀ ਹੈ ਕਿ ਤੂੰ ਨਹੀਂ ਕੀਤਾ ਸਭ ਤੋਂ ਛੋਟੇ ਮੁਲਾਜ਼ਮ ਨੂੰ, ਤਾਂ ਉਹ ਤਾਂ ਦੇਖੋ ਕੋਰਟ ਦੇ ਵਿੱਚੋਂ ਵੀ ਹੋ ਜਾਣਾ। ਪਰ ਮਸਲਾ ਕੀ ਹੈ ਪੰਜਾਬ ਦੇ ਪਾਣੀਆਂ ਦਾ, ਜਿਹਦਾ ਕਰਕੇ ਸਾਨੂੰ ਜਿਹੜੀ ਇਹ ਜੱਦੋਜਹਿਦ ਕਰਨੀ ਪੈ ਰਹੀ ਹੈ, ਅਤੇ ਅਸੀਂ ਇਹ ਜਿਹੜੀ ਜੇ ਸਰਕਾਰ ਇਹਦੀ ਸੁਣਵਾਈ ਸਾਡੀ ਨਹੀਂ ਕਰਦੀ, ਕਿਉਂਕਿ ਸਾਡੀ ਮੰਗ ਹੈ ਕਿ ਪ੍ਰਮੁੱਖ ਸਕੱਤਰ ਨੂੰ ਤੁਰੰਤ ਜਿਹੜਾ ਮੁਅੱਤਲ ਕਰਕੇ ਇਹਦੇ ਕੀਤੇ ਦੀ ਹੁਣ ਤੱਕ ਦੀ ਸਾਰੀ ਦੀ ਸਾਰੀ ਜਾਂਚ ਹੋਣੀ ਚਾਹੀਦੀ ਹੈ। ਜੇ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਤਾਂ ਸਾਨੂੰ ਜਿਹੜਾ ਮਜਬੂਰ ਨੇ ਇਸ ਚੀਜ਼ ਨੂੰ ਪੰਜਾਬ ਦੇ ਬੱਚੇ ਬੱਚੇ ਤੱਕ ਲਿਜਾਣਾ ਪਊਗਾ, ਇਹ ਸਾਡੀ ਮਜਬੂਰੀ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਅਵਤਾਰ ਸਿੰਘ। ਕੀ ਕਹਿਣਾ ਚਾਹੋਗੇ, ਕਹਿੰਦੇ ਨੋਟਿਸ ਵੀ ਕੋਈ ਜਾਰੀ ਕੀਤਾ ਗਿਆ ਸੀ? ਸਰ ਨੋਟਿਸ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ
ਜਿਹੜੇ ਸਾਡੇ ਚਾਰ ਸ਼ੀਟਾਂ 'ਤੇ ਕੀਤੇ ਗਏ ਪਹਿਲਾਂ ਤਾਂ ਸਾਡੇ ਪਟਵਾਰੀ ਜੋ ਕੰਮ ਕਰਦੇ ਆ ਲਗਭਗ 200 ਦੇ ਕਿਲੇ ਕਿਉਂ ਕੀਤੇ ਗਏ ਕੀ ਉਹਨਾਂ ਦਾ ਸਰ ਇਹ ਵੀ ਪ੍ਰਮੁੱਖ ਸਕੱਤਰ ਸਾਹਿਬ ਵੱਲੋਂ ਇਹ ਹੁਕਮ ਹੋਏ ਸੀ ਕਿ ਇਹ ਦਿਖਾਓ ਕਿ ਤੁਹਾਡੇ ਇਹ ਇਲਾਕੇ ਦੇ ਵਿੱਚ ਕਿੰਨਾ ਪਾਣੀ ਲੱਗਦਾ ਹੈ। ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਸਾਡੇ ਇਲਾਕੇ ਦੇ ਵਿੱਚ ਇੰਨਾ ਪਾਣੀ ਲੱਗਦਾ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਖਾਲੇ ਪਵਾਓ, ਇੱਥੇ ਜਿਹੜਾ ਬਣਦਾ ਕੰਮ ਕਰੋ ਅਤੇ ਇਹਨਾਂ ਨੂੰ 100% ਕਰੋ, ਜ਼ੋਰ ਲਾਓ ਤੁਸੀਂ। ਜਦੋਂ ਲਾਇਆ ਹੁਣ 20% ਨੂੰ ਅਸੀਂ 30 ਤੱਕ ਲਿਜਾ ਸਕਦੇ ਹਾਂ, 100 ਤੱਕ ਨਹੀਂ ਲਿਜਾ ਸਕਦੇ। ਪਰ ਜਦੋਂ ਅਸੀਂ ਖਾਲੇ ਵੀ ਕੁਛ ਕੁ ਪਵਾਏ ਆ, ਕੁਛ ਕੁ ਰਹਿ ਵੀ ਗਏ, ਕੁਛ ਕੁ ਦੁਆਰੇ ਮਤਲਬ ਢਾਹ ਦਿੱਤੇ ਗਏ ਲੋਕਾਂ ਦੁਆਰਾ, ਹੁਣ ਉਹਨਾਂ ਦੇ ਰਾਹੀਂ ਉਹਨਾਂ ਦੇ ਚੱਲਦਿਆਂ ਕਈ ਥਾਵਾਂ 'ਤੇ ਅਜਿਹੇ ਜਿਹੜੇ ਮੈਂ ਪਹਿਲਾਂ ਵੀ ਤੁਹਾਨੂੰ ਤੱਥ ਦਿਖਾਏ ਸੀ ਵੀ ਸਾਡੇ ਮਾਈਨਰਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਇੰਨੀਆਂ ਖਸਤਾ ਨੇ ਕਿ ਉਹਨਾਂ 'ਚ ਪਾਣੀ ਲੰਘਣ ਦੀ ਗੁੰਜਾਇਸ਼ ਨਹੀਂ ਹੈ। ਉਹ ਬੜੇ ਮਾੜੇ ਹਾਲਾਤਾਂ 'ਚ ਚੱਲ ਰਹੀਆਂ ਨੇ, ਇਸ ਕਰਕੇ ਵੀ ਉਹ ਜੇ ਇਹ ਪਾਣੀ ਖਾਲਾਂ 'ਚ ਪਊਗਾ ਫਿਰ ਹੀ ਬਾਣਾਂ 'ਚ ਜਾਊਗਾ। ਜੇ ਹੁਣ ਖਾਲਾਂ 'ਚ ਹੀ ਪਾਣੀ ਸਾਡੀ ਨਹਿਰ ਦੇਣ ਯੋਗ ਨਹੀਂ ਹੈ ਤਾਂ ਫਿਰ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਅਸੀਂ 100% ਕਰ ਦਈਏ। ਹੁਣ ਜਿਵੇਂ ਕਹਿੰਦੇ ਸਰਪਲਸ ਜਾਂ 100% ਦਿਖਾ ਰਹੇ ਆ ਅਤੇ ਬਹੁਤੇ ਇਲਾਕੇ ਤਾਂ ਇਹ ਆ ਜਿੱਥੇ ਕਿ ਖਾਲ ਵੀ ਹੈ ਨਹੀਂ ਗਏ ਅਤੇ ਇੱਕ ਤਿਉਂਕਾ ਵੀ ਪਾਣੀ ਦਾ ਖਿੱਚ ਨਹੀਂ ਆਉਂਦਾ। ਬਿਲਕੁਲ ਸਰ, ਇਹ 'ਚ ਕੋਈ ਦੋ ਰਹਿ ਨਹੀਂ ਹੈ, ਬਹੁਤ ਸਾਰੇ ਇਲਾਕੇ ਇੱਦਾਂ ਦੇ ਨੇ ਜਿੱਥੇ ਮਤਲਬ ਖਾਲ ਹੈ ਨਹੀਂ ਹੈ, ਮੌਜੂਦ ਹੀ ਨਹੀਂ ਹੈ। ਬਹੁਤ ਸਾਰੇ ਅਸੀਂ ਕੁਛ ਕੁ ਇਲਾਕਿਆਂ ਦਾ ਸਰਵੇ ਵੀ ਕੀਤਾ, ਜਿਵੇਂ ਅਸੀਂ ਮਾਨਸਾ ਨਾਲ ਬਿਲੋਂਗ ਕਰਦੇ ਹਾਂ, ਕੁਛ ਕੁ ਇਲਾਕਾ ਸਾਡੇ ਬਠਿੰਡਾ ਜ਼ਿਲ੍ਹੇ ਦਾ ਵੀ ਪੈਂਦਾ ਗਾ, ਕੁਛ ਕੁ ਪਿੰਡ ਸਾਡੇ ਕੋਲ ਬਠਿੰਡਾ ਜ਼ਿਲ੍ਹੇ ਦੇ ਵੀ ਨੇ। ਅਸੀਂ ਉਹਨਾਂ ਨੇ ਦੇਖਿਆ ਕਿ ਬਹੁਤ ਸਾਰਾ ਜਿਹੜਾ ਇਲਾਕਾ ਗਾ ਉਹ ਹਜੇ ਵੀ ਟਿੱਬਿਆਂ ਦੇ ਨਾਲ ਪਿਆ, ਮਾਰੂ ਪਿਆ। ਹਾਂ, ਕੁਛ ਲੋਕ ਮਤਲਬ ਉਸਨੂੰ ਰੇਤੇ ਨੂੰ ਚੱਕ ਰਹੇ ਆ ਔਰ ਵਾਹੀਯੋਗ ਬਣਾਉਣ ਦੀ ਕੋਸ਼ਿਸ਼ ਪੂਰੀ ਜਦੋਂ ਚੱਲ ਰਹੀ ਹੈ। ਪਰ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਅੱਜ ਅਸੀਂ ਉਹਨੂੰ 100% ਦਿਖਾਤਾ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਾਣੀ ਨਹੀਂ ਮਿਲੇਗਾ। ਜੇ ਅੱਜ 100% ਦਿਖਾਉਂਦੇ ਹਾਂ ਤਾਂ ਇਹਦਾ ਨੁਕਸਾਨ ਕੀ ਹੋ ਸਕਦਾ ਪੰਜਾਬ ਨੂੰ? ਸਰ, ਸਾਡੀ ਖੇਤੀ ਦੇ ਸਿੱਧਮ ਸਿੱਧਾ ਇਫੈਕਟ ਹੈ, ਸਾਡੀ ਇਕਨੋਮਿਕ ਪੋਜੀਸ਼ਨ ਦੇ ਸਿੱਧਮ ਸਿੱਧਾ ਇਫੈਕਟ ਹੈ। ਜਦੋਂ ਜਿਹੜੀ ਫਸਲ 3 ਪਾਣੀਆਂ ਨਾਲ ਪਲਦੀ ਹੈ ਉਸਨੂੰ ਅਸੀਂ ਪੂਰਾ ਹੀ ਨਾ ਦੇਵਾਂਗੇ ਤਾਂ ਉਹ ਪਲੂਗੀ ਕਿਵੇਂ? ਤਾਂ ਉਹ ਕਮਜ਼ੋਰ ਹੋਊਗੀ, ਕਮਜ਼ੋਰ ਹੋਊਗੀ ਤਾਂ ਉਹਦੀ ਜਿਹੜੀ ਉਪਜ ਆ ਉਹ ਘੱਟ ਆਊਗੀ, ਘੱਟ ਆਊਗੀ, ਸਾਡੀ ਜੇਬ 'ਤੇ ਖਰਚ ਪੈਣਾ। ਜਿਹੜੀ ਇਹਦੀ ਮਨਸ਼ਾ ਕੀ ਲੱਗਦੀ ਹੈ ਜਿਹੜਾ 100% ਦਿਖਾ ਰਹੇ, ਇਹਦੀ ਮਨਸ਼ਾ ਕੀ ਹੈਗੀ? ਦੇਖੋ, ਇਹ ਤਾਂ ਜ਼ਿਆਦਾ ਵਧੀਆ ਉਹੀ ਕਲੀਅਰ ਕਰ ਸਕਦੇ ਹਾਂ। ਹਾਂ, ਕਿਆਸ ਰਾਏ ਜੋ ਵੀ ਲਾਈ ਜਾ ਸਕਦੇ ਆ ਤੁਸੀਂ ਵੀ ਉਹਨੂੰ ਲਾ ਸਕਦੇ ਹੋ, ਮੈਂ ਵੀ ਜਾਂ ਸਮੁੱਚ ਵਿੱਚ ਜੋ ਵੀ ਲੋਕ ਸੂਝਵਾਨ ਨੇ ਪਾਣੀ ਨੂੰ ਸਮਝਦੇ ਨੇ ਉਹ ਅੰਦਾਜ਼ਾ ਲਾ ਸਕਦੇ ਵੀ ਹੋ ਸਕਦਾ ਉਹ ਹਰਿਆਣੇ ਦੇ ਹੋਣ ਦੇ ਕਰਕੇ ਵੀ ਆਪਦਾ ਪਾਣੀ ਦੂਜਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਪਿਛਲੇ ਮਹੀਨੇ ਇੱਥੇ ਮੁੱਖ ਮੰਤਰੀ ਜੀ ਆਏ ਸੀ, ਇੱਥੇ ਰਾਜਸਥਾਨ ਦੇ ਕਿ ਇਹਨਾਂ ਨੇ ਆਪਦੀ ਪਾਰਟੀ ਦੇ ਜਿਹੜਾ ਆਗੂ ਸੀਗਾ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਰਾਜਸਥਾਨ ਨੂੰ ਪਾਣੀ ਦਿੱਤਾ ਜਾਊਗਾ, ਖਬਰਾਂ ਲੱਗੀਆਂ ਸੀ, ਪਰ ਉਸ ਤੋਂ ਬਾਅਦ ਮੁੱਕਰ ਗਏ ਸੀ। ਕਿਤੇ ਉਹ ਵਾਅਦਾ ਤਾਂ ਨਹੀਂ ਪੂਰਾ ਕਰਨਾ ਚਾਹੁੰਦੇ ਕਿ ਵੀ ਕਿਤੇ? ਦੇਖੋ, ਇਹ ਉਹਨਾਂ ਦੀ ਹਿਡਨ ਰਾਜਨੀਤੀ ਹੈ, ਇਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਉਹ ਹੁਣ ਵਾਅਦਾ ਕੀਤਾ ਕਿਸ ਵਿਹਾਵ 'ਤੇ ਕੀਤਾ ਔਰ ਮੁੱਕਰੇ ਕਿਉਂ ਮੁੱਕਰੇ ਇਹਦੇ ਬਾਰੇ ਨਹੀਂ ਆਪਾਂ ਕੁਛ। ਜੇ ਮਾਨਯੋਗ ਅਦਾਲਤ 'ਚ ਇੱਕ ਮਸਲਾ ਚੱਲ ਰਿਹਾ, ਜੇ 100% ਦਿਖਾਉਂਦੇ ਆ, ਸਰਪਲਸ ਦਿਖਾਉਂਦੇ ਆ, ਇਹਦਾ ਮਤਲਬ ਕਿ ਆਪਣੇ ਮਾਨਯੋਗ ਅਦਾਲਤ ਨੂੰ ਸ਼ੋਅ ਕਰਨਾ ਚਾਹੁੰਦੇ ਆ ਵੀ 100% ਸਾਡੇ ਕੋਲ ਪਾਣੀ ਹੈਗਾ ਅਤੇ ਦੂਸਰੇ ਰੁਪਏ ਨੂੰ ਦੇ ਸਕਦੇ ਹੈਗੇ? ਹੋ ਸਕਦਾ, ਇਹ ਇੱਕ ਵਿਸ਼ਾ ਹੈ, ਇਸਦੀ ਮਨਸ਼ਾ ਵੀ ਹੋ ਸਕਦੀ ਹੈ ਕਿਉਂਕਿ ਇਹਦੇ 'ਚ ਜਦੋਂ ਆਪਾਂ ਕਿਸੇ ਨੂੰ ਪੂਰਾ 100% ਦਿਖਾਤਾ ਤਾਂ ਆਟੋਮੈਟਿਕੀ ਜਿਹੜਾ ਇਹਨਾਂ ਦਾ ਪੱਖ ਹੈ ਕਮਜ਼ੋਰ ਹੋਊਗਾ ਤਾਂ ਫਿਰ ਪੰਜਾਬ ਦਾ ਪੱਖ ਰੱਖਣ ਵਾਲੇ ਕੌਣ ਨੇ? ਇਹੋ ਲੋਕ। ਤਾਂ ਜੇ ਹੀ ਇਹੀ ਸਾਡੇ ਸੰਗਲਾਂ ਦੀਆਂ ਕੜੀਆਂ ਨੂੰ ਕਮਜ਼ੋਰ ਕਰਨਗੇ ਤਾਂ ਨੈਚੁਰਲੀ ਆ ਟੁੱਟਣਗੇ। ਹੁਣ ਜਿਵੇਂ ਤੁਹਾਡੇ 'ਤੇ ਦਬਾਅ ਪਾਇਆ ਜਾ ਰਿਹਾ, ਸਸਪੈਂਡ ਕੀਤੇ ਜਾ ਰਹੇ, ਚਾਰਜਸ਼ੀਟ ਕੀਤੇ ਜਾ, ਅਤੇ ਅਗਲਾ ਐਕਸ਼ਨ ਫਿਰ ਕਿਸ ਤਰ੍ਹਾਂ ਦਾ ਹੋਊਗਾ? ਸਰ, ਸਾਡੀ ਕੁਝ ਕੁ ਅਜਿਹੀਆਂ ਰਣਨੀਤੀਆਂ ਨੇ ਜਿਨ੍ਹਾਂ ਨੂੰ ਅਸੀਂ ਹੌਲੀ ਹੌਲੀ ਇੰਪਲੀਮੈਂਟ ਕਰਾਂਗੇ। ਅਗਰ ਸਰਕਾਰ ਸਾਡੀ ਨਹੀਂ ਸੁਣਦੀ ਤਾਂ ਅਸੀਂ ਸਰਕਾਰ ਨੂੰ ਸਾਡੇ ਪ੍ਰਧਾਨ ਜੀ ਪਹਿਲਾਂ ਬੇਨਤੀ ਕਰਕੇ ਗਏ ਨੇ ਕਿ ਸਕੱਤਰ ਸਾਹਿਬ ਨੂੰ
ਜਿਹੜਾ ਹੈ ਬਦਲਿਆ ਜਾਵੇ ਅਤੇ ਇਹਨਾਂ ਦੇ ਕੀਤੇ ਗਏ ਕੰਮਾਂ ਦੀ ਜਾਂਚ ਕੀਤੀ ਜਾਵੇ। ਸਾਡੀ ਮੁੱਖ ਮੰਗ ਇਹੀ ਆ। ਤਾਂ ਅਗਰ ਅਜਿਹਾ ਕੁਛ ਨਹੀਂ ਕਰਦੇ ਤਾਂ ਅਸੀਂ ਆਪਣੀ ਹੜਤਾਲ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰਾਂਗੇ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਨਾਲ ਸਾਡੀ ਕਿਸਾਨੀਅਤ ਸਾਥੋਂ ਬੇਮੁੱਖ ਹੋਵੇ, ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਰੱਖਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰਾਤਰ ਜਥੇਬੰਦੀਆਂ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਨੇ, ਅਸੀਂ ਉਹਨਾਂ ਦਾ ਵੀ ਸਹਿਯੋਗ ਲਵਾਂਗੇ। ਦੇਖੋ, ਪਾਣੀ ਲਈ ਲੜਨਾ ਤਾਂ ਸਾਡੇ ਪੁਰਖ ਹੀ ਲੜਦੇ ਆਏ ਨੇ, ਤਾਂ ਫਿਰ ਹੁਣ ਵਾਰੀ ਸਾਡੀ ਹੈ। ਹੁਣ ਜਿਵੇਂ ਤੁਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਹੋਗੇ, ਪੰਜਾਬ ਦੇ ਪਾਣੀਆਂ ਲਈ ਲੜ ਰਹੇ ਹੋ, ਫਿਰ ਕਿਸਾਨ ਵੀ ਤੁਹਾਡੇ ਨਾਲ ਸਹਿਮਤ ਹੋਣਗੇ? ਬਿਲਕੁਲ ਹੋਣਗੇ ਜੀ। ਜਦੋਂ ਉਹਨਾਂ ਨੂੰ ਸਾਡੀ ਗੱਲ ਨੂੰ ਬਿਲਕੁਲ ਸਹਿਮਤੀ ਮਿਲ ਜਾਣੀ ਹੈ, ਉਹਨਾਂ ਨੂੰ ਸਮਝ ਆ ਜਾਣੀ ਹੈ ਵੀ ਵਾਕਈ ਇਹ ਜਿਹੜੀ ਲੜਾਈ ਅਸੀਂ ਲੜਨੀ ਹੈ, ਕਿਸਾਨਾਂ ਨੂੰ ਜਦੋਂ ਇਹ ਗੱਲ ਸਮਝ ਆ ਜਾਊਗੀ, ਜਿਹੜੀ ਲੜਾਈ ਅਸੀਂ ਲੜਨੀ ਹੈ ਉਹ ਸਾਡੇ ਮੁਲਾਜ਼ਮ ਭਾਈ ਲੜ ਰਹੇ ਨੇ, ਜਦੋਂ ਕਿ ਇਹਨਾਂ ਦੀ ਲੜਾਈ ਉਨੀ ਸਟਰੋਂਗ ਨਹੀਂ ਹੈ, ਪਰ ਜਦੋਂ ਇਹ ਸਾਡੇ ਨਾਲ ਜੁੜ ਜਾਣਗੇ ਤਾਂ ਆਟੋਮੈਟਿਕ ਹੀ ਉਹ ਤਾਕਤਵਰ ਹੋ ਜਾਏਗੀ, ਅਤੇ ਮੈਂ ਜੋ ਸਾਡੇ ਪ੍ਰਮੁੱਖ ਸਕੱਤਰ ਸਾਹਿਬ ਨੇ ਉਹਨਾਂ ਨੂੰ ਝੁਕਣਾ ਪਊਗਾ। ਧੰਨਵਾਦ। ਠੀਕ ਹੈ। ਇਹ ਸਨ ਪਟਵਾਰੀ ਜਥੇਬੰਦੀ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਸਰਕਾਰ ਹੈਗੀ, ਜਿਹੜੇ ਸਕੱਤਰ ਹੈਗੇ, ਉਹ 21% ਦੀ ਥਾਂ 'ਤੇ 100% ਇਰੀਗੇਸ਼ਨ ਦਿਖਾਉਣਾ ਚਾਹੁੰਦੇ ਆ, ਵੀ ਸਿੰਚਾਈਯੋਗ ਪਾਣੀ ਆ ਜਿਹੜਾ ਵੀ 100% ਹੈਗਾ ਉਹ ਦਿਖਾਉਣਾ ਚਾਹੁੰਦੇ ਆ, ਜਿਸ ਨਾਲ ਕਿ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ, ਕਿਉਂਕਿ ਮਾਣਯੋਗ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ, ਜੇ ਉੱਥੇ ਸਰਪਲਸ ਦਿਖਾਇਆ ਜਾਂਦਾ ਤਾਂ ਆਟੋਮੈਟਿਕ ਹੈਗਾ ਕਿ ਪਾਣੀ ਜਿਹੜਾ ਰਾਜਸਥਾਨ ਜਾਂ ਹਰਿਆਣਾ ਜਾਂ ਦਿੱਲੀ ਨੂੰ ਦੇਣ ਦਾ ਜਿਹੜਾ ਮਾਣਯੋਗ ਅਦਾਲਤ ਆਰਡਰ ਵੀ ਕਰ ਸਕਦੇ। ਇਸ ਲਈ ਇਹਨਾਂ ਵੱਲੋਂ ਜਦੋਂ ਇਹ ਜਵਾਬ ਦਿੱਤਾ ਗਿਆ ਤਾਂ ਇਹਨਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਹਨਾਂ ਦਾ ਕਹਿਣਾ ਕਿ ਅਸੀਂ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਦੱਸ ਕੇ ਕਿ ਇਹ ਪਾਣੀ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ, ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ, ਇਸ ਨੂੰ ਅਸੀਂ ਨੁਕਸਾਨ ਪੰਜਾਬ ਦਾ ਨਹੀਂ ਹੋਣ ਦੇਵਾਂਗੇ, ਇਸ ਲਈ ਸਾਡੇ ਵੱਲੋਂ ਸਾਡੀ ਜਿਹੜੀ ਇਹ ਹੜਤਾਲ ਹੈਗੀ ਜਾਰੀ ਰਹੇਗੀ। ਬਠਿੰਡਾ ਤੋਂ ਅਜੀਤ ਟੀਵੀ ਲਈ ਨਵ ਸਿੰਘ।